ਦਾ ਖਾਲਸ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਹੈਡਲਾਈਨਸ ਦੇ ਨਾਲ ਮੈਂ ਪੁਨੀਤ ਕੌਰ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਪੱਤਰਕਾਰ ਮਨਦੀਪ ਪੂਨੀਆ ਤੇ ਲੱਗੀਆਂ ਗੈਰ ਜ਼ਮਾਨਤੀ ਧਾਰਾਵਾਂ ਸਿੰਘੂ ਬਾਰਡਰ ਤੇ ਕਿਸਾਨੀ ਅੰਦੋਲਨ ਦੀ ਕਵਰੇਜ ਕਰਦਿਆਂ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤੇ ਸੀ ਦੋ ਪੱਤਰਕਾਰ ਪੱਤਰਕਾਰ ਮਨਦੀਪ ਪੂਨੀਆ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਵੱਖ-ਵੱਖ ਚੈਨਲਾਂ ਦੇ ਪੱਤਰਕਾਰਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ ਦਿੱਲੀ ਦੇ ਪਟੇਲ ਚੌਂਕ 'ਚ ਸਥਿਤ ਦਿੱਲੀ ਪੁਲਿਸ ਹੈੱਡਕੁਆਟਰ ਦੇ ਬਾਹਰ ਕੇਂਦਰ ਸਰਕਾਰ ਖਿਲਾਫ ਕੀਤੀ ਨਾਰੇਬਾਜ਼ੀ ਪੁਲਿਸ ਨੂੰ ਦਿੱਤੀ ਚੇਤਾਵਨੀ ਕਿਹਾ ਪੂਨੀਆ ਨੂੰ ਰਿਹਾ ਕਰਨ ਤੱਕ ਜਾਰੀ ਰਹੇਗਾ ਪ੍ਰਦਰਸ਼ਨ ਦਿੱਲੀ ਹਰਿਆਣਾ ਦੇ ਸਿੰਘੂ ਕੁੰਡਲੀ ਬਾਰਡਰ ਤੇ ਇੰਟਰਨੈਟ ਸੇਵਾ ਮੁੜ ਹੋਈ ਬਹਾਲ ਮਾਂਝਪੁਰ ਦੇ ਵਕੀਲ ਜਸਪਾਲ ਸਿੰਘ ਨੇ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਲਾਪਤਾ ਹੋਏ ਨੌਜਵਾਨਾਂ ਦੀ ਜਾਣਕਾਰੀ ਸਮੇਤ ਸੂਚੀ ਕੀਤੀ ਜਾਰੀ ਸੂਚੀ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਇਨ੍ਹਾਂ ਨੌਜਵਾਨਾਂ ਨੂੰ ਦਿੱਲੀ ਦੀਆਂ ਕਿਹੜੀਆਂ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ ਬਾਰੇ ਵੀ ਕੀਤਾ ਖੁਲਾਸਾ ਭਾਰੀ ਗਿਣਤੀ ਵਿੱਚ ਵਕੀਲਾਂ ਨੇ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਦੇ ਦਰਜ ਹੋਏ ਪਰਚਿਆਂ ਲਈ ਮੁਫਤ ਕਾਨੂੰਨੀ ਪੈਰਵਾਈ ਕਰਨ ਦਾ ਕੀਤਾ ਐਲਾਨ ਲੋੜਵੰਦ ਕਿਸਾਨਾਂ ਲਈ ਜਾਰੀ ਕੀਤੇ ਆਪਣੇ ਨੰਬਰ ਪੰਜਾਬ ਸਰਕਾਰ ਲੜੇਗੀ ਜੇਲ੍ਹਾਂ ਵਿੱਚ ਬੰਦ ਕਿਸਾਨਾਂ ਦੇ ਕੇਸ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ ਦਾਅਵਾ ਦਿੱਲੀ ਵਿੱਚ ਕਿਸਾਨੀ ਅੰਦੋਲਨ ਦੌਰਾਨ ਦਿੱਲੀ ਪੁਲਿਸ ਦੇ ਤਸ਼ੱਦਦ ਦੇ ਸ਼ਿਕਾਰ ਨੌਜਵਾਨ ਰਣਜੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਹਰ ਸੰਭਵ ਮਦਦ ਦੇਣ ਦਾ ਦਿੱਤਾ ਭਰੋਸਾ ਮੁਫਤ ਕਾਨੂੰਨੀ ਪੈਰਵਾਈ ਕਰਨ ਦਾ ਵੀ ਕੀਤਾ ਦਾਅਵਾ ਸਿੰਘੂ ਬਾਰਡਰ ਤੇ ਕਿਰਪਾਨ ਨਾਲ ਹਮਲਾ ਕਰਨ ਦੇ ਇਲਜ਼ਾਮ ਵਿੱਚ ਫੜੇ ਨੌਜਵਾਨ ਕਿਸਾਨ ਬਾਰੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਦੇਰ ਨੇ ਕੀਤਾ ਖੁਲਾਸਾ ਕਿਹਾ ਹਮਲਾਵਰਾਂ ਵੱਲੋਂ ਸਾਡੇ ਕੈਂਪ ਦੀਆਂ ਔਰਤਾਂ ਉੱਤੇ ਕੀਤੀ ਜਾ ਰਹੀ ਪੱਥਰਬਾਜ਼ੀ ਤੋਂ ਬਚਾਅ ਲਈ ਅੱਗੇ ਆਇਆ ਸੀ ਇਹ ਨੌਜਵਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਿਹਾ ਸਰਕਾਰ ਮਾਹੌਲ ਬਣਾਵੇ ਅਸੀਂ ਗੱਲਬਾਤ ਲਈ ਹਾਂ ਤਿਆਰ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ ਮੁਫਤ ਕਾਨੂੰਨੀ ਸਹਾਇਤਾ 'ਚ 11 ਵਕੀਲਾਂ ਦੇ ਨਾਂ ਅਤੇ ਫੋਨ ਨੰਬਰਾਂ ਵਾਲੀ ਸੂਚੀ ਵੀ ਕੀਤੀ ਜਾਰੀ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਦਿੱਲੀ ਨੂੰ ਹੋਏ ਰਵਾਨਾ ਫਿਰੋਜ਼ਪੁਰ ਹੁਸ਼ਿਆਰਪੁਰ ਤਰਨ ਤਾਰਨ ਗੁਰਦਾਸਪੁਰ ਤੋਂ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਦਿੱਲੀ ਨੂੰ ਕੀਤਾ ਕੂਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਦਾਨ ਸਿੰਘ ਵਾਲਾ ਬਲਾਕ ਗੋਨਿਆਣਾ ਨੇ ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਪਾਸ ਕੀਤਾ ਮਤਾ ਪਿੰਡ ਦੇ ਹਰੇਕ ਘਰ ਦਾ ਇੱਕ ਬੰਦਾ 7 ਦਿਨਾਂ ਲਈ ਦਿੱਲੀ ਅੰਦੋਲਨ ਵਿੱਚ ਕਰੇਗਾ ਸ਼ਮੂਲੀਅਤ ਫੈਸਲਾ ਨਾ ਮੰਨਣ ਵਾਲੇ ਨੂੰ ਦੇਣਾ ਹੋਵੇਗਾ 500 ਰੁਪਏ ਜੁਰਮਾਨਾ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਰੋਹਤਕ ਨੈਸ਼ਨਲ ਹਾਈਵੇ ਉੱਤੇ ਲੱਗੇ ਝੱਜਰ ਜ਼ਿਲ੍ਹੇ ਦੇ ਸਾਰੇ ਟੋਲ ਪਲਾਜ਼ੇ ਕਰਵਾਏ ਮੁਫਤ ਸਿਰਫ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸ ਵੇ ਉੱਤੇ ਹੀ ਕੀਤੀ ਜਾ ਰਹੀ ਹੈ ਟੋਲ ਵਸੂਲੀ ਖੇਤੀ ਕਾਨੂੰਨ ਰੱਦ ਹੋਣ ਤੱਕ ਪ੍ਰਦਰਸ਼ਨ ਜਾਰੀ ਰੱਖਣ ਦਾ ਕੀਤਾ ਐਲਾਨ ਜਲਾਲਾਬਾਦ ਵਿੱਚ ਕਿਸਾਨਾਂ ਨੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਲੀਡਰ ਅਵਿਨਾਸ਼ ਰਾਏ ਖੰਨਾ ਦਾ ਕੀਤਾ ਘਿਰਾਓ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਪੁੱਜੇ ਸਨ ਅਵਿਨਾਸ਼ ਰਾਏ ਖੰਨਾ ਵਿਦਿਆਰਥੀ ਜਥੇਬੰਦੀ ਅਤੇ ਮਾਝਾ ਏਡ ਨਾਲ ਸੰਬੰਧਿਤ ਨੌਜਵਾਨ ਗੁਰਸ਼ਰਨ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਕਿਸਾਨ ਲੀਡਰ ਰਾਕੇਸ਼ ਟਿਕੈਤ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦਾ ਪਵਿੱਤਰ ਜਲ ਕੀਤਾ ਭੇਟ ਟਿਕੈਤ ਨੇ ਸਿਰ ਮੱਥੇ ਲਾਉਂਦਿਆਂ ਪੀਤਾ ਜਲ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਗੱਲਬਾਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ ਦਾ ਕਰਦਿਆਂ ਸਨਮਾਨ ਕਿਹਾ ਕਿਸਾਨ ਜਥੇਬੰਦੀਆਂ ਦਬਾਅ 'ਚ ਆ ਕੇ ਨਹੀਂ ਕਰ ਸਕਦੀਆਂ ਕੋਈ ਵੀ ਸਮਝੌਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗਾਜ਼ੀਪੁਰ ਬਾਰਡਰ ਤੇ ਕਿਸਾਨ ਲੀਡਰ ਰਾਕੇਸ਼ ਟਿਕੈਤ ਨਾਲ ਕੀਤੀ ਮੁਲਾਕਾਤ ਕਿਸਾਨਾਂ ਨੂੰ ਹਰ ਸੰਭਵ ਮਦਦ ਦੇਣ ਦਾ ਦਿੱਤਾ ਭਰੋਸਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨੀ ਅੰਦੋਲਨ ਅਤੇ ਖੇਤੀ ਕਾਨੂੰਨਾਂ ਬਾਰੇ 2 ਫਰਵਰੀ ਨੂੰ ਸੱਦੀ ਸਰਬ ਪਾਰਟੀ ਮੀਟਿੰਗ ਪੰਜਾਬ ਭਵਨ ਵਿੱਚ ਸਵੇਰੇ 11 ਵਜੇ ਹੋਵੇਗੀ ਮੀਟਿੰਗ ਹਰਿਆਣਾ ਦੇ ਫਤਿਹਾਬਾਦ ਤੋਂ ਸਾਬਕਾ ਵਿਧਾਇਕ ਅਤੇ ਸੀਨੀਅਰ ਭਾਜਪਾ ਲੀਡਰ ਬਲਵਾਨ ਸਿੰਘ ਦੌਲਤਪੁਰੀਆ ਨੇ ਕਿਸਾਨੀ ਅੰਦੋਲਨ ਦੇ ਸਮਰਥਨ 'ਚ ਪਾਰਟੀ ਤੋਂ ਦਿੱਤਾ ਅਸਤੀਫਾ ਬਜਟ ਸੈਸ਼ਨ 'ਚ 3 ਖੇਤੀ ਕਾਨੂੰਨ ਕੀਤੇ ਜਾਣ ਰੱਦ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਆਨਲਾਈਨ ਸੱਦੀ ਗਈ ਆਲ ਪਾਰਟੀ ਮੀਟਿੰਗ ਵਿੱਚ ਚੁੱਕਿਆ ਕਿਸਾਨਾਂ ਦਾ ਮੁੱਦਾ ਕਿਸਾਨ ਏਕਤਾ ਮੋਰਚਾ ਨੂੰ ਗਾਇਕ ਕਰਨ ਔਜਲਾ ਨੇ ਆਪਣੇ ਫੈਨਸ ਨਾਲ ਧਰਨੇ ਤੇ ਪੁੱਜ ਕੇ ਦਿੱਤਾ ਸਮਰਥਨ ਕਿਹਾ ਮੀਡੀਆ ਨਾ ਫੈਲਾਵੇ ਅਫਵਾਹਾਂ ਚੜ੍ਹਦੀ ਕਲਾ 'ਚ ਅੰਦੋਲਨ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ 'ਚ ਦਿੱਲੀ ਮੋਰਚੇ 'ਚ ਪੁੱਜਣ ਅਤੇ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੂੰ ਫੋਲੋ ਕਰਨ ਦੀ ਕੀਤੀ ਅਪੀਲ ਟਿਕਰੀ ਬਾਰਡਰ ਤੇ ਬੀਰ ਕਲਾਂ ਦੇ ਨੌਜਵਾਨ ਕਿਸਾਨ ਹਰਫੂਲ ਸਿੰਘ ਆਸੂ ਦੀ ਹੋਈ ਮੌਤ ਕਿਸਾਨੀ ਅੰਦੋਲਨ ਵਿੱਚ ਲੰਗਰ ਦੀ ਕਰਦਾ ਸੀ ਸੇਵਾ ਕਿਸਾਨ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਹੋ ਚੁੱਕੀ ਸੀ ਮੌਤ ਆਪਣੇ ਬਜ਼ੁਰਗ ਦਾਦਾ ਦਾਦੀ ਦਾ ਸੀ ਇਕਲੌਤਾ ਸਹਾਰਾ
टिकरी ते किसानी अंदोलन शामिल दो होर किसानों की हुई मौत। पिंड ईना बाजवा के किसान रेशम सिंह अते पिंड मिर्जापुर के किसान अजैब सिंह की बीमार होने कारण हुई मौत। प्रधानमंत्री नरेंद्र मोदी ने मन की बात च लाल किले की घटना से जताया दुख, कहा लाल किले के तिरंगे के अपमान तो देश है दुखी, खेती के आधुनिकीकरण की सरकार है दृढ़। हरियाणा के मुख्यमंत्री मनोहर लाल खट्टर की सुरक्षा में तैनात एक पुलिस मुलाजम ने खुद को अपनी सर्विस रिवॉल्वर नाल गोली मार के की खुदकुशी। 35 साल जितेंद्र जमुनानगर के गुंदियानी माजरी दासी वसनीक, पुलिस ने मामला दर्ज करके जांच की शुरू। पंजाब विच अज तो खुलणगे आंगनवाड़ी केंद्र। पंजाब के समाजिक सुरक्षा इस्तरी अते बाल विकास मंत्री अरुणा चौधरी ने दिती जानकारी। श्रोमणी कमेटी के प्रबंध हेठ चल रहे विद्यक अदारियां दे अमृतधारी विद्यार्थियों वंडी गई 1,31,00,000 रुपए की वजीफा राशि। श्रोमणी कमेटी की वैबसाइट भी की गई है लॉन्च। श्रोमणी गुरद्वारा प्रबंधक कमेटी की प्रधान बीबी जगीर कौर ने 2,636 विद्यार्थियों विद्यक सैशन 2020-21 वंडे वजीफे। पंजाब अते हरियाणा हाई कोर्ट ने पंजाब दे खुराक अते सिविल सप्लाईज अते गाहक मामलियां विभाग दे मुख सकत्तर नूं लाया 2,00,000 रुपए दा जुर्माना। पंजाब अते हरियाणा हाई कोर्ट दीआं सुनवाईआं प्रति अणगहलियां वरतण दे लगे ने दोष। गलवान घाटी विच शहीद होए जवानां दे नाम दिल्ली दे राष्ट्रीय युद्ध स्मारक ते कीते गए ने दर्ज। पिछले साल 15 जून नूं चीन नाल होई हिंसक झड़प च 20 भारतीय जवान होए सन शहीद। अज तो खुलणगे देश भर में सिनेमा हॉल। केंद्र सरकार ने 100% समर्था नाल खोलन दी दित्ती परवानगी। केंद्रीय सूचना ते प्रसारण मंत्री प्रकाश जावड़ेकर ने दित्ती जानकारी। OTT प्लेटफॉर्म्स नूं लैके जल्द ही जारी कीतियां जाणगियां गाइडलाइंस। केंद्रीय सूचना ते प्रसारण मंत्री प्रकाश जावड़ेकर ने OTT ते दिखाए जाण वाले सीरियल्स अते फिल्मां दा लिया गंभीर नोटिस। क्या OTT प्लेटफॉर्म्स से उपलब्ध कई सीरियल्स नूं लैके मिल रही ने शिकायतां। चीन ने 18,499 नजायज वैबसाइटां कीतियां बंद। 4,551 ऑनलाइन प्लेटफॉर्मां नूं जारी किए नोटिस। ऑनलाइन गेमां नूं बढ़ावा देन अते डेटिंग संबंधी सूचना देन अश्लील अते हिंसक समगरी वर्गियां नाजायज चीज़ां प्रसारित करन दे लगाए दोष। अमरीकी सेना के तकरीबन 11 फौजी एक कैमिकल वाली ड्रिंक पीन नाल होए बीमार। इथेलीन ग्लाइकोल कैमिकल पीन की हुई है पुष्टि। सेना घटना की कर रही है जांच। उत्तरी सीरिया के एक इलाके च होया कार बंब धमाका। 4 लोगों की हुई मौत, दर्जन तो वध लोग हुए जख्मी। हेडलाइंस वेखण वाले सारे दर्शकों का धन्यवाद।